ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਮਨ ਕੀ ਕਹਿਤਾ ਹਉ ਕੀ ਕਹਿਤਾ ਗੁਰਮੁਖ ਜਨ ਬੇਨਤੀ ਕਰਦੇ ਹਨ ਕਿ हे ਪ੍ਰਭੂ ਮੇਰਾ ਇਹ ਮਨ ਕੀ ਕਹਿਤਾ ਪਾਵਾਖਦਾ ਹੈ ਅਤੇ ਹਉ ਮੈਂ ਕੀ ਕਹਿਤਾ ਆਖਦਾ ਹਾਂ ਪਾਪ ਮਨ ਆਪਣੇ ਸੰਕਲਪਾਂ ਬਕਲਪਾਂ ਵਿੱਚ ਲਾ ਕੇ ਵਿਸ਼ੇ ਪਹੁੰਗਣ ਲਈ ਪ੍ਰੇਰਦਾ ਹੈ ਪਰ ਮੈਂ ਇਸ ਨੂੰ ਭਜਨ ਸਿਮਰਨ ਵਿੱਚ ਤਤਪਰ ਹੋਣ ਲਈ ਆਕਦਾ ਜਾਨ ਪਰਬੀਨ ਠਾਕੁਰ ਪ੍ਰਭ ਮੇਰੇ ਤਿਸ ਆਗੇ ਕੀ ਕਹਿਤਾ ਰਹਾਉ ਏ ਮੇਰੇ ਪਰਬੀਨ ਅੰਤਰਜਾਮੀ ਤੇ ਠਾਕੁਰ ਸਵਾਮੀ ਪ੍ਰਭੂ ਜੀ ਤੁਸੀਂ ਸਭ ਕੁਝ ਜਾਣਦੇ ਹੋ ਤਿਸ ਆਪ ਜੀ ਦੇ ਆਗੇ ਸਨਮੁਖ ਮੈਂ ਕੀ ਕਹਿਤਾ ਆ ਸਕਦਾ ਹਾਂ ਪਾਪ ਬਾਰੋਂ ਤਾਂ ਮੈਂ ਤੇਰਾ ਭਗਤ ਖਵਾਰਿਆ ਪਰ ਮਨ ਮਿਸ਼ੀਆਂ ਵੱਲ ਪ੍ਰੇਰਿਆ ਹੈ ਸੋ ਤੂੰ ਆਪ ਹੀ ਰੱਖਿਆ ਕਰ ਰਹਾਓ ਅਨ ਬੋਲੇ ਅਨ ਬੋਲੇ ਕਉ ਤੂੰ ਹੀ ਪਛਾਨੈ ਜੋ ਜੀਵਨ ਮੈਂ ਹੁਤਾ ਹੈ हे ਪ੍ਰਭੂ ਜੋ ਕੁਝ ਵੀ ਜੀਵਾਂ ਦੇ ਹਿਰਦੇ ਵਿੱਚ ਹੁੰਦਾ ਹੈ ਉਹ ਅਨ ਬੋਲੇ ਬੋਲੇ ਤੋਂ ਬਿਨਾ ਹੀ ਮਨ ਦੇ ਸੰਕਲਪਾਂ ਨੂੰ ਤੂੰ ਹੀ ਪਛਾਨੈ ਪਛਾਣਦਾ ਹੈ ਰੇ ਮਨ ਕਾਏ ਕਹਾ ਲਉ ਡਹਕੇ ਰੇ ਮਨ ਕਾਏ ਕਹਾ ਲਉ ਡਹਕੇ ਜੋ ਪੀਖਤ ਹੀ ਸੰਗ ਸੁਨਦਾ ਮਨ ਨੂੰ ਸਿੱਖਿਆ ਦੇ ਕੇ ਰੇ ਤੂੰ ਪਾਵੇ ਮਨਾ ਤੂੰ ਕਿਸ ਵਾਸਤੇ ਵਾਕਾਇ ਕਾਮਾ ਮੰਗ ਬਿਸ਼ਿਆ ਆਦਿ ਵਿਸਤਾ ਖਾ ਕੇ ਕਹਾ ਕਿਥੋਂ ਲਉ ਲਉ ਡਹਕੇ फडਕਦਾ ਫਿਰੇਗਾ ਜਦੋਂ ਪ੍ਰਮਾਤਮਾ ਤੇਰੀਆਂ ਸਭ ਕਰਤੂਤਾ ਨੂੰ ਵੇਖ ਰਿਹਾ ਅਤੇ ਤੇਰੇ ਸੰਗ ਕੀ ਇਹ ਨਾਲ ਹੋ ਕੇ ਸਭ ਗੁਪਤ ਗੱਲਾਂ ਨੂੰ ਸੁਣ ਰਿਆ ਐਸੋ ਜਾਨ ਭਏ ਮਨ ਆਨੰਦ ਆਨ ਨਬੀਓ ਕਰਤਾ ਹੀ ਪ੍ਰਭੂ ਤੈਨੂੰ ਅਜਿਹਾ ਸਮਰੱਥ ਸਮਝ ਜਾਣ ਕੇ ਅਸੀਂ ਮਨ ਹਿਰਦੇ ਵਿੱਚ ਆਨੰਦ ਦੇ ਸਹਿਤ ਹੋ ਗਏ ਹਾਂ ਅਤੇ ਐਸਾ ਨਿਸ਼ਚਾ ਕੀਤਾ ਹੈ ਕਿ ਤੇਰੇ ਤੋਂ ਬਿਨਾ ਆਨ ਹੋਰ ਕੋਈ ਵੀ ਬਿਓ ਦੂਸਰਾ ਰਚਨਾਰ ਨਹੀਂ ਕਹੁ ਨਾਨਕ ਗੁਰ ਭਏ ਦਇਆਰਾ ਹਰ ਰੰਗ ਨ ਕਬੂ ਲਹਿਤਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਡੇ ਉਪਰ ਗੁਰੂ ਸਾਹਿਬ ਜੀ ਦਿਆਲੂ ਕਿਰਪਾਲੂ ਹੋਏ ਹਨ ਜਿਸ ਕਰਕੇ ਹੇ ਹਰ ਪ੍ਰਭੂ ਤੇਰਾ ਰੰਗ ਪ੍ਰੇਮ ਕਦੇ ਵੀ ਨਹੀਂ ਲਹਿਤਾ ਲਥੇਗਾ ਮਿਲਾਵਲ ਮਹੱਲਾ ਪੰਜਵਾ ਜਦੋਂ ਪ੍ਰਥੀਏ ਤੇ ਚੰਦੂ ਦੇ ਕਹਿਣ ਤੇ ਸੁਲਹੀ ਖਾਨ ਦਾ ਭਤੀਜਾ ਸਲਬੀ ਖਾਨ ਸਤਿਗੁਰੂ ਜੀ ਉੱਪਰ ਚੜਾਈ ਕਰਕੇ ਆ ਰਿਹਾ ਸੀ ਤਦੋਂ ਬਿਆਸ ਦਰਿਆ ਦੇ ਕਿਨਾਰੇ ਪਹੁੰਚਣ ਤੇ ਐਸੀ ਕੁਦਰਤ ਵਰਤੀ ਕਿ ਜਲੰਧਰ ਦੇ 사जिद हसन अली ਖਾਨ ਨੇ ਉਸ ਤੋਂ ਆਪਣੀ ਤਨਖਾਹ ਮੰਗੀ ਜੋ 2 ਸਾਲ ਦੀ ਉਸ ਵੱਲ ਬਾਕੀ ਸੀ ਸਲਬੀ ਖਾਨ ਨੇ ਅੱਗੋਂ ਗੁੱਸੇ ਵਿੱਚ ਮੰਦੇ ਸ਼ਬਦ ਬੋਲਦਿਆਂ ਗਾਲ ਕੱਢ ਦਿੱਤੀ ਤਦੋਂ 사जिद ਨੇ ਅਣਖ ਵਿੱਚ ਆ ਕੇ ਐਸੀ ਖਿੱਚ ਕੇ ਤਲਵਾਰ ਮਾਰੀ ਕਿਸਲਬੀ ਖਾਂ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਤੇ ਆਪ ਦੌੜ ਕੇ ਚੱਲ ਵਿੱਚ ਵੜ ਗਿਆ ਜਦੋਂ ਸਲੱਬੀ ਖਾਂ ਦੇ ਮਰਨ ਦੀ ਖਬਰ ਸ੍ਰੀ ਅਮਰitsar ਸਾਹਿਬ ਪਹੁੰਚੀ ਤਦੋਂ ਸਤਿਗੁਰਾਂ ਨੇ ਸਿੱਖਾਂ ਪ੍ਰਤੀ ਇਹ ਪਾਵਨ ਸ਼ਬਦ ਉਚਾਰਨ ਕੀਤਾ ਨਿੰਦਕ ਐਸੇ ਹੀ ਚਰ ਪਰਿਐ हे ਭਾਈ ਨਿੰਦਕ ਅਪਕੀਰਤੀ ਕਰਨ ਵਾਲੇ ਮਨੁੱਖ ਇਸ ਤਰ੍ਹਾਂ ਹੀ ਚਰ ਪਰਿਐ ਝੜ ਪੈਂਦੇ ਪਾਵਨਾਸ਼ ਹੋ ਜਾਂਦੇ ਇਹ ਨਿਸ਼ਾਨੀ ਸੁਨੋ ਤੁਮ ਪਾਈ ਜੋ ਕਲਰ ਪੀਤ ਗਿਰਿਆ ਰਹਾਉ ਇਹ ਪਾਈ ਜਨੂ ਉਹਨਾ ਨਿੰਦਕਾਂ ਦੀ ਇਹ ਨਿਸ਼ਾਨੀ ਤੁਸੀਂ ਸੁਣਨਾ ਕਰੋ ਜਿਵੇਂ ਕਲਰ ਵਾਲੀ ਪੀਤ ਕੰਧ ਗਿਰਿਆ ਡਿੱਗ ਜਾਂਦੀ ਹੈ ਤਿਵੇਂ ਨਿੰਦਕਾਂ ਦੀ ਦੇਹ ਰੂਪੀ ਕੰਧ ਨੂੰ ਨਿੰਦਿਆ ਰੂਪੀ ਕਲਰ ਲੱਗਾ ਹੋਇਆ ਜੋ ਛੇਤੀ ਹੀ ਨਾਸ਼ ਹੋ ਜਾਣਗੇ ਰਹਾਉ ਜੋ ਦੇਖੈ ਛਿਦਰ ਤਉ ਨਿੰਦਕ ਉਮਾ ਹੈ ਪਲੋਂ ਦੇਖ ਦੁੱਖ ਭਰੀਐ ਜਦੋਂ ਕਿਸੇ ਭਲੇ ਮਨੁੱਖ ਕੋਲੋਂ ਭਲੇਖੇ ਵਿੱਚ ਕੋਈ ਗਲਤੀ ਹੋ ਜਾਂਦੀ ਤਾਂ ਉਸ ਦੇ ਛਿਦਰ ਦੋਸ਼ ਦੇਖਦਾ ਹੈ ਤਾਂ ਨਿੰਦਕ ਅਪਕੀਰਤੀ ਕਰਨ ਵਾਲੇ ਮਨੁੱਖ ਨੂੰ ਉਹ ਮਾਹ ਹੈ ਉਤਸ਼ਾਹ ਚੜ ਜਾਂਦਾ ਹੈ ਭਾਵੂ ਖੁਸ਼ ਹੋ ਜਾਂਦਾ ਅਤੇ ਕਿਸੇ ਦਾ ਭਲੋ ਭਲਾ ਹੁੰਦਾ ਵੇਖ ਕੇ ਦੁੱਖ ਨਾਲ ਭਰ ਜਾਂਦਾ ਹੈ ਆਠ ਪਹਿਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀਐ निंदक पुरुष गुरुमुख जना दा अठे पहर पाव रात दिन बुरा चित विधा रेंदा परंतु बुरा करण नु पहुंच नहीं सकदा अति अंत नु बुरा मन्दा चितवत चितवदा चितवदा ही मर जांदा निंदक प्रभु पुलाया काल नीर आया हर जन सिऊं बाद उठरिए अपकीर्ति करण वाले नु निंदिया करण वाले नु उस दे सुबान अनुसार ਬੇਮੁਖ ਜਾਣ ਕੇ ਪ੍ਰਭ ਵਾਹਿਗੁਰੂ ਪਰਮਾਤਮਾ ਜੀ ਨੇ ਆਪਣੇ ਵੱਲੋਂ ਬੁਲਾਇਆ ਵਿਸਾਰ ਛੱਡਿਆ ਉਸ ਦਾ ਕਾਲ ਅੰਤ ਦਾ ਸਮਾਂ ਨਜ਼ਦੀਕ ਆਇਆ ਆ ਗਿਆ ਹੈ ਕਿਉਂਕਿ ਉਹ ਪਰਮਾਤਮਾ ਦੇ ਜਨ ਸੇਵਕਾਂ ਨਾਲ ਬਾਦ ਝਗੜਾ ਉਠਰ ਗਿਆ ਉਠਾਉਂਦਾ ਰਹੀਦਾ ਨਾਨਕ ਕਾ ਰਾਖਾ ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ ਕਿਆ ਬਾਨਸ ਬਪਰੇ ਕਰੀਐ ਸਤਗੁਰੂ ਸਾਹਿਬ ਜੀ ਕਥਨ ਕਰਦੇ ਆ ਕੀ ਸਾਡੇ ਜਨਾਂ ਦਾ ਰਾਖਾ ਰਖਵਾਲਾ ਸੁਆਮੀ ਮਾਲਕ ਪ੍ਰਮਾਤਮਾ ਆਪ ਹੈ ਫੇਰੇ ਬਪਰੇ ਵਿਚਾਰੇ ਤੁਸ਼ ਮਨੁਖ ਕੀ ਕਰ ਸਕਦੇ ਇਹਨਾਂ ਦੇ ਹੱਥ ਕੁਝ ਨਹੀਂ ਬਿਲਾਵਲ ਮਹੱਲਾ ਪੰਜਵਾ ਐਸੀ ਕਾਹੇ ਫੂਲ ਪਰੇ ਏ ਪਾਈ ਤੁਸੀਂ ਇਸ ਪ੍ਰਕਾਰ ਕਿਸ ਵਾਸਤੇ ਆਪਣੇ ਆਤਮ ਸਰੂਪ ਨੂੰ ਭੁੱਲੇ ਪਏ ਹੋ ਕਰਹਿ ਕਰਾਵੇ ਮੁਕਰ ਪਾਵੇ। ਬੇਖਤ ਸੁੰਤ ਸਦਾ ਸੰਗ ਹਰੇ ਰਹਾਉ। ਜੀਵ ਆਪ ਮੰਦੀ ਕਰਮ ਕਰਦਾ ਹੈ ਤੇ ਹੋਰਨਾਂ ਨੂੰ ਪ੍ਰੇਰ ਕੇ ਕਰਾਉਂਦਾ ਹੈ। ਫਿਰ ਮੁਕਰ ਪੈਂਦਾ ਹੈ। ਪਾਪ ਮੰਦ ਕਰਮ ਕਰਕੇ ਆਖਦਾ ਕਿ ਮੇਰੇ ਵਰਗਾ ਕੋਈ ਬਲਾ ਆਦਮੀ ਹੀ ਨਹੀਂ। ਮੈਂ ਇਹ ਕੰਮ ਕਿਵੇਂ ਕਰ ਸਕਦਾ ਹਾਂ ਇਤਿਆਦ। ਪਰ ਉਹ ਹਰੇ ਪ੍ਰਮਾਤਮਾ ਸਭ ਦੇ ਗੁਪਤ ਕੰਮਾਂ ਨੂੰ ਵੇਖਦਾ ਤੇ ਗੁਪਤ ਗੱਲਾਂ ਨੂੰ ਸੁਣਦਾ ਆ ਹਮੇਸ਼ਾ ਨਾਲ ਹੀ ਰਿੰਦਾ ਰਹਾਉ ਕਾਜ ਬਿਹਾਜਨ ਕੰਚਨ ਛੱਡਨ ਬੈਰੀ ਸੰਗ ਸਾਜਨ ਤਿਆਗ ਖਰੇ ਜੀਵ ਕੱਚੇ ਵਿਸ਼ਿਆਂ ਨੂੰ ਬਿਹਾਜਨ ਖਰੀਦਣਾ ਕਰਦੇ ਕੰਚਨ ਸੋਨੇ ਵਰਗੇ ਬੇਕੀਮਤੇ ਨਾਮ ਨੂੰ ਛੱਡੀ ਜਾਂਦੇ ਫਿਰ ਬੈਰੀ ਦੁਸ਼ਮਣੀ ਕਰਨ ਵਾਲੇ ਕਾਮ ਕ੍ਰੋਧ ਆਦ ਵਿਕਾਰਾਂ ਨਾਲ ਪ੍ਰੇਮ ਕਰਦੇ ਆ ਅਤੇ ਖਰੇ ਚੰਗੇ ਸੰਤ ਰੂਪੀ ਸਾਜਨ ਮਿੱਤਰਾਂ ਨੂੰ ਛੱਡ ਖਰੇ ਖਲੋਤੇ ਹਨ ਪਾਵ ਸਤ ਸੰਤੋਂ ਖਾਦ ਗੁਣਾ ਰੂਪੀ ਸੱਜਣਾ ਨੂੰ ਤਿਆਗ ਕੇ ਖਲੋਤੇ ਆ ਹੋਵਨ ਕਉਰਾ ਅਨਹੋਮਨ ਮੀਠਾ ਵਿਖਿਆ ਮੈਂ ਲਪਟਾਈ ਜਰੇ ਜੋ ਹੋਣ ਹਾਰ ਕਾਲ ਨੇ ਆ ਕੇ ਗਰਸਨਾ ਹੈ ਇਹ ਬਚਨ ਅਗਿਆਨੀ ਜੀਵਾਂ ਨੂੰ ਕੌੜਾ ਲੱਗਦਾ ਅਤੇ ਅਨਹੋਮਨ ਨਾ ਹੋਣ ਵਾਲੀ ਗੱਲ ਬਾਬ ਜਿਉਂਦਾ ਰਹਿਣਾ ਮਿੱਠਾ ਪਿਆਰਾ ਲੱਗਦਾ ਵਿਸ਼ਿਆਂ ਮਾਇਆ ਵਿੱਚ ਲਪਟਾਈ ਲੰਪਟ ਹੋਏ ਈਰਖਾ ਤ੍ਰਿਸ਼ਨਾ ਦੀ ਅੱਗ ਵਿੱਚ ਸਾੜਦੇ ਰਹਿੰਦੇ ਅੰਧਕੂਪ ਮਹਿ ਪਰਿਉ ਪ੍ਰਾਨੀ ਪਰਮ ਗੁਬਾਰ ਮੋਹ ਬੰਦ ਪਰੇ ਇਹ ਪ੍ਰਾਨੀ ਪ੍ਰਾਣਾਤਾਰੀ ਜੀਵ ਸੰਸਾਰ ਰੂਪੀ ਅੰਨੇ ਖੂ ਵਿੱਚ ਪਿਆ ਫਸਿਆ ਹੋਇਆ ਜਿਸ ਵਿੱਚ ਭਰਮ ਅਗਿਆਨ ਦਾ ਗੁਬਾਰ ਹਨੇਰਾ ਅਤੇ ਮੋਹ ਆਦ ਦੇ ਬੰਧਨ ਪਏ ਹੋਏ ਕੋ ਨਾਨਕ ਪ੍ਰਭੂਤ ਦਿਆਰਾ ਗੁਰ ਪੀਟੈ ਕਾਢੈ ਬਾਹ ਪਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿੰਨਾ ਉਪਰ ਪ੍ਰਮਾਤਮਾ ਦਿਆਲੂ ਕਿਰਪਾਲੂ ਹੁੰਦਾ ਉਹਨਾਂ ਨੂੰ ਗੁਰ ਪੂਰਾ ਪੇਟੈ ਮਿਲ ਪੈਂਦਾ ਹੈ ਅਤੇ ਗੁਰ ਉਹਨਾਂ ਦੀ ਬੁੱਧ ਬਿਰਤੀ ਰੂਪੀ ਬਾਹ ਪੂਜਾ ਨੂੰ ਫੜ ਕੇ ਸੰਸਾਰ ਰੂਪੀ ਨੇ ਖੂਤੋਂ ਬਾਹਰ ਕੱਢ ਲੀਂਦਾ ਹੈ ਬਿਲਾਵਲ ਮਹੱਲਾ 5 ਮਨ ਤਨ ਰਸਨਾ ਹਰ ਚੀਨਾ ਏ ਭਾਈ ਅਸੀਂ ਮਨ ਹਿਰਦੇ ਤਨ ਸਰੀਰ ਤੇ ਰਸਨਾ ਜੀਬਾ ਬਾਣੀ ਕਰਕੇ ਪ੍ਰਮਾਤਮਾ ਨੂੰ ਚੀਨਾ ਜਾਣਣਾ ਕੀਤਾ ਹੈ ਵਾ ਮਨ ਤਨ ਤੇ ਰਸਨਾ ਵਿੱਚ ਹਰੀ ਨੂੰ ਵੀ ਹਰੀ ਨੂੰ ਹੀ ਵਸਦਾ ਜਾਣਿਆ ਭਏ ਅਨੰਦਾ ਮਿਟੇ ਅੰਦੀਸਾ ਸਰਬ ਸੂਕ ਮੋਕੋ ਗੁਰ ਦੀ ਨਾ ਰਹਾਉ ਮੈਨੂੰ ਸਾਰੇ ਅਨੰਦਾ ਸੁਖ ਪ੍ਰਾਪਤ ਹੋਏ ਮੇਰੇ ਸਾਰੇ ਸੰਸੇ ਆਦ ਮਿਟੇ ਨਿਵਰਤ ਹੋ ਗਏ ਗੁਰਾਂ ਨੇ ਮੋਕੋ ਮੈਨੂੰ ਸਾਰੇ ਆਤਮਿਕ ਸੁਖ ਦੇਣਾ ਕੀਤੇ ਹਨ ਰਹਾਉ ਇਅਨਪਤੀ ਸਭ ਭਈ ਸਿਆਨਪ ਪ੍ਰਭ ਮੇਰਾ ਦਾਨਾ ਬੀਨਾ ਇਅਨਪ ਹੁੰਦੀ ਅਗਿਆਤ ਪੁਣੇ ਤੋਂ ਰਹਿ ਤੋਕੇ ਹੁਣ ਸਾਰੀ ਸਿਆਨਪ ਗਿਆਤ ਪ੍ਰਾਪਤ ਹੋਈ ਹੈ ਪਾਪ ਵਿਸ਼ੇ ਵਿਸ਼ੈਣੀ ਮਤ ਬਦਲ ਕੇ ਆਤਮਸ਼ੈਣੀ ਹੋ ਗਈ ਹੈ ਮੇਰਾ ਪ੍ਰਭ ਪਰਮਾਤਮਾ ਸਭ ਦਾ ਦਾਨਾ ਹੁੰਦਾ ਗਿਆਤਾ ਅਤੇ ਸਭ ਦੇ ਕੰਮਾਂ ਨੂੰ ਬੀਨਾ ਹੁੰਦਾ ਦੇਖਣ ਵਾਲਾ ਹੈ ਹੱਥ ਦੇ ਰਾਖੇ ਆਪਣੇ ਕੋ ਕਾਹੂ ਕਰ ਤੇ ਕਛ ਖੀਨਾ ਪਰਮਾਤਮਾ ਆਪ ਦੇ ਸੇਵਕਾਂ ਨੂੰ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਵਿਕਾਰਾਂ ਤੋਂ ਬਚਾ ਕੇ ਰੱਖਦਾ ਕਾਹੂ ਕਿਸੇ ਦੇ ਕਰ ਹੱਥ ਤੇ ਕੁਛ ਖੀਨਾ ਕੀਏ ਨਾਸ਼ ਨਹੀਂ ਹੋ ਸਕਦਾ ਬਲ ਜਾਵ ਦਰਸ਼ਨ ਸਾਧੂ ਕੈ ਜੇ ਪ੍ਰਸਾਦ ਹਰ ਨਾਮ ਲੀਨਾ ਮੈਂ ਤਿਨਾ ਸਾਧੂ ਸ੍ਰੇਸ਼ਟ ਮਹਾਤਮਾ ਜਨਾ ਦੇ ਦਰਸ਼ਨ ਦੀਦਾਰਾਂ ਤੂ ਬਲ ਬਲਹਾਰ ਕੁਰਬਾਨ ਜਾਂਦਾ ਜਿਨਾਂ ਸੰਤ ਜਿਨਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਮਾਤਮਾ ਦਾ ਨਾਮ ਲੈਣਾ ਕਰੀਦਾ ਵਾ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋ ਗਿਆ ਕਹੋ ਨਾਨਕ ਠਾਕੁਰ ਪਾਰੋਸੈ ਕਹੂ ਨਮਾਨਿਉ ਮਨਸ਼ੀਨਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਸਾਨੂੰ ਠਾਕੁਰ ਮਾਲਕ ਪ੍ਰਭੂ ਦਾ ਭਰੋਸਾ ਹੈ ਵਾ ਮਾਲਕ ਪ੍ਰਭੂ ਦੇ ਭਰੋਸੇ ਕਰਕੇ ਕਿਸੇ ਨੂੰ ਸ਼ੀਨਾ ਤੁਸ਼ ਮਾਤਰ ਪਾਵ ਥੋੜਾ ਵੀ ਨਹੀਂ ਮੰਨਣਾ ਕੀਤਾ ਵਾ ਮਨ ਵਿਕਾਰਾਂ ਆਦਿਕ ਸੰਗਤ ਵਿੱਚ ਸ਼ੀਨਾ ਨਾਸ਼ ਨਹੀਂ ਹੁੰਦਾ ਬਿਲਾਵਲ ਮਹੱਲਾ ਪੰਜਵਾ ਗੁਰਪੂਰੈ ਮੇਰੀ ਰਾਖ ਲਈ ਕਿ ਭਾਈ ਪੂਰਨ ਸਤਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਸਾਡੀ ਪਤ ਇੱਜ਼ਤ ਰੱਖ ਲੈਣਾ ਕੀਤੀ ਹੈ ਅੰਮ੍ਰਿਤ ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਸਤਗੁਰਾਂ ਨੇ ਮਰਤੂ ਤੋਂ ਰਹਿਤ ਕਰਨ ਵਾਲਾ ਅੰਮ੍ਰਿਤ ਨਾਮ ਪ੍ਰਮਾਤਮਾ ਦਾ ਨਾਮ ਮੇਰੇ ਹਿਰਦੇ ਹਿਰਦੇ ਵਿੱਚ ਦੇਣਾ ਕੀਤਾ ਜਿਸ ਨਾਮ ਦੀ ਬਰਕਤ ਨਾਲ ਸਾਡੀ ਜਨਮ ਜਨਮਾਤਰਾ ਦੀ ਵਿਦਿਆ ਰੂਪੀ ਮਲੀਨਤਾਈ ਚਲੀ ਗਈ ਨਿਵਰਤ ਹੋ ਗਈ ਨਾਸ਼ ਹੋ ਗਈ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰ ਰਿਆ ਨਿਵਰੇ ਦੂਤ ਦੁਸ਼ਟ ਬਹਿਰਾਈ ਗੁਰਪੂਰੇ ਕਾ ਜਪਿਆ ਜਾਪ ਜਮਦੂਤਾਂ ਦੇ ਪੈ ਦੁਸ਼ਟ ਤਾਈ ਕਰਨ ਵਾਲੇ ਇੰਦਰੀਆਂ ਦੇ ਸੁਭਾਅ ਅਤੀ ਬਹਿਰਾਈ ਵੈਰ ਕਰਨ ਵਾਲੇ ਕਾਮ ਕ੍ਰੋਧ ਆਦ ਸਭ ਨਿਵਰੇ ਨਿਵਰਤ ਹੋ ਗਏ ਹਨ ਕਿਉਂਕਿ ਅਸੀਂ ਪੂਰਨ ਗੁਰੂ ਦਾ ਦਿਤਾ ਆ ਨਾਮ ਰੂਪੀ ਜਾਪ ਜਪਣਾ ਕੀਤਾ ਹੈ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਕੋਈ ਬੇਚਾਰਾ ਤੁਸ ਜੀਵ ਕੀ ਕਰ ਸਕਦਾ ਮੇਰੇ ਪ੍ਰਭ ਪਰਮਾਤਮਾ ਦਾ ਬਹੁਤ ਵੱਡਾ ਤੇਜ ਪ੍ਰਭਾਵ ਹੈ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਸਿਮਰਨੇ ਜੋਗ ਪ੍ਰਮਾਤਮਾ ਦੇ ਨਾਮ ਨੂੰ ਸਿਮਰ ਸਿਮਰ ਜਾਦ ਕਰਕੇ ਵਾ ਮਨ ਦੁਆਰਾ ਸਿਮਰ ਜਾਦ ਕਰਕੇ ਬਾਣੀ ਦੁਆਰਾ ਸਿਮਰ ਜਾਦ ਕਰਕੇ ਅਤੇ ਸਰੀਰ ਭਾਵ ਰੋਮ ਰੋਮ ਦੁਆਰਾ ਜਾਦ ਕਰਕੇ ਅਸੀਂ ਆਤਮਿਕ ਸੁਖ ਆਨੰਦ ਪਾਉਣਾ ਕੀਤਾ ਹੈ ਅਤੇ ਪ੍ਰਮਾਤਮਾ ਦੇ ਚਰਨ ਕਮਲਾਂ ਨੂੰ ਆਪਣੇ ਮਨ ਹਿਰਦੇ ਵਿੱਚ ਵਸਾ ਕੇ ਰੱਖਣਾ ਕੀਤਾ ਹੈ ਤਾਂਕਿ ਸਰਨ ਪਰਿਓ ਨਾਨਕ ਦਾਸ ਜਾਤੀ ਉਪਰ ਕੋ ਨਾਹੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਦਾਸ ਸੇਵਕ ਉਸ ਪ੍ਰਮਾਤਮਾ ਦੀ ਸਰਨ ਉਟ ਵਿੱਚ ਪਿਆ ਹਾਂ ਜਿਸ ਪ੍ਰਮਾਤਮਾ ਤੋਂ ਉਤੇ ਹੋਰ ਕੋਈ ਵੀ ਹੁਕਮ ਕਰਨ ਵਾਲਾ ਨਹੀਂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ wah hai guru wah hai guru wah hai guru wah ਫਲਸਾ ਵਾਹਿਗੁਰੂ ਜੀ ਕੀ ਫਤਿਹ